ਜੇ ਆ ਰਾਸਤਾ ਕਨਾਲ ਚ ਪਾਣੀ ਨਾ ਬੰਦ ਕਰਦੇ ਤੇ ਅੱਜ ਮੈਨੂੰ ਲੱਗਦਾ ਫਿਰੋਜ਼ਪੁਰ ਜ਼ਿਲ੍ਹੇ ਤੇ ਜਲੰਧਰ ਜ਼ਿਲ੍ਹੇ ਸਾਰੇ ਬਚ ਜਾਣੇ ਸੀ ਕਿ ਪਾਣੀ ਬਾਹਰਲੀਆਂ ਸਟੇਟਾਂ ਨੂੰ ਜਾਣ ਵਾਲੀਆਂ ਨਹਿਰਾਂ ਦਾ ਵੀ ਬੰਦ ਕੀਤਾ ਹੋਇਆ ਹੈ ਤੇ ਸਾਡੇ ਪੰਜਾਬ ਦੇ ਅੰਦਰ ਕਿਸਾਨਾਂ ਦੀ ਤਬਾਹੀ ਮਚਾਈ ਜਾ ਰਹੀ ਹੈ, ਬਰਬਾਦੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਮੀਂਹ ਤੇ ਹੜ੍ਹਾਂ ਨਾਲ ਦਰਜਨਾਂ ਮੌਤਾਂ ਹੋਈਆਂ ਹਨ ਤੇ ਭਾਰੀ ਨੁਕਸਾਨ ਵੀ ਹੋਇਆ ਹੈ। ਕੁਝ ਰਾਜਨੀਤਿਕ ਆਗੂ ਤੇ ਕੁਝ ਕਿਸਾਨ ਆਗੂ ਵੀ ਅਜਿਹੇ ਦਾਅਵੇ ਕਰ ਰਹੇ ਹਨ ਕਿ ਜੇ ਪੰਜਾਬ ਤੋਂ ਬਾਹਰ ਨਹਿਰਾਂ ਵੱਲ ਪਾਣੀ ਮੋੜਿਆ ਜਾਂਦਾ ਜਾਂ ਕੁਝ ਹੋਰ ਕਦਮ ਚੁੱਕੇ ਜਾਂਦੇ ਤਾਂ ਨੁਕਸਾਨ ਘਟਾਇਆ ਜਾ ਸਕਦਾ ਸੀ। ਇਹ ਕਿੰਨਾ ਕੁ ਸਹੀ ਹੈ? ਅਸੀਂ ਇਹ ਸਵਾਲਾਂ ਦੇ ਜਵਾਬ ਜਾਣਨ ਵਾਸਤੇ ਪੰਜਾਬ ਦੇ ਸਾਬਕਾ ਚੀਫ ਇੰਜੀਨੀਅਰ ਐਸ ਕੇ ਸਲੂਜਾ ਦੇ ਨਾਲ ਗੱਲਬਾਤ ਕੀਤੀ। 520 mm ਦੇ ਲਗਭਗ ਦੋ ਦਿਨਾਂ ਵਿੱਚ ਬਾਰਿਸ਼ ਹੋਈ ਹੈ। ਜਿਹੜੀ ਸਾਡੀ ਪੰਜਾਬ ਦੇ ਵਿੱਚ ਐਵਰੇਜ ਬਾਰਿਸ਼ ਹੁੰਦੀ ਹੈ ਉਹ 650 mm ਹੁੰਦੀ ਪੂਰੇ ਹੋਲ ਸੀਜ਼ਨ ਦੇ ਵਿੱਚ, ਅਤੇ ਇੰਨੀ ਜ਼ਿਆਦਾ ਬਾਰਿਸ਼ ਜਿਹੜੀ ਹੋਈ ਹੈ ਇਹਦੇ ਨਾਲ ਜਿਹੜੀ ਲੋਕਲ ਖੱਡਾਂ ਨੇ ਉਹਨਾਂ ਵਿੱਚ ਪਾਣੀ ਆਇਆ ਹੈ ਅਤੇ ਉਹਨਾਂ ਨੇ ਦਰਿਆਵਾਂ ਦੇ ਵਿੱਚ ਜਾ ਕੇ ਅਤੇ ਅੱਗੇ ਜਾ ਕੇ ਮਾਰ ਕੀਤੀ ਹੈ। ਸਾਡੇ ਡੈਮ ਤਕਰੀਬਨ ਖਾਲੀ ਸੀਗੇ, ਉਹਨਾਂ ਵਿੱਚ ਕੁਸ਼ਨ ਅਵੇਲੇਬਲ ਸੀ। ਜਿੰਨਾ ਵੀ ਪਾਣੀ ਹਿਮਾਚਲ ਤੋਂ ਜਾਂ ਕੈਚਮੈਂਟ ਤੋਂ ਆਇਆ ਸਾਡੇ ਤਿੰਨਾਂ ਡੈਮਾਂ ਨੇ ਉਹਨੂੰ ਅਬਜ਼ਰਵ ਕੀਤਾ ਅਤੇ ਉਹ ਇਹ ਬੜੀ ਦੇਖਣ ਵਾਲੀ ਗੱਲ ਹੈ ਵੀ ਜਦੋਂ ਫਲੱਡ ਨੇ ਮਾਰ ਕੀਤੀ ਹੈ ਤਾਂ ਡੈਮਾਂ ਤੋਂ ਪਾਣੀ ਘੱਟੋ ਘੱਟ ਨੋਰਮਲ ਜਾਂ ਨੋਮੀਨਲ ਹੀ ਛੱਡਿਆ ਗਿਆ ਹੈ, ਉਹਨੇ ਕੋਈ ਡੈਮੇਜ ਨਹੀਂ ਕੀਤਾ। ਖਿੰਡਾਉਣ ਵਾਲੀ ਗੱਲ ਹੈ ਜੀ, ਜੇ ਆਪਾਂ ਕਹੀਏ ਰਾਜਸਥਾਨ ਨੂੰ ਪਾਣੀ ਭੇਜਣਾ ਡਿਊਰਿੰਗ ਫਲੱਡਸ ਤਾਂ ਉਹਦੇ ਲਈ ਇੱਕ ਡਿਫਰੈਂਟ ਇੰਜੀਨੀਅਰਿੰਗ ਇਨਵੋਲਵ ਕਰਨੀ ਪਏਗੀ। ਜੇ ਅਸੀਂ ਕਹੀਏ ਕੈਨਾਲ ਦੇ ਵਿੱਚ ਪਾਣੀ ਭੇਜ ਕੇ ਤਾਂ ਅਸੀਂ ਫਲੱਡ ਨੂੰ ਬਚਾ ਸਕਦੇ ਹਾਂ। ਉਹਦੇ ਵਿੱਚ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਵੀ ਜਿਹੜਾ ਫਲੱਡ ਆਇਆ ਉਹਦੇ 'ਚ ਲੱਖਾਂ ਕਿਊਸਿਕ ਪਾਣੀ ਆਇਆ, ਉਹਨੂੰ ਤੁਸੀਂ ਕੰਪੈਰੀਜ਼ਨ ਕਰੋ। ਜਿਹੜਾ ਅਸੀਂ ਨਹਿਰ ਵਿੱਚ ਪਾਣੀ ਛੱਡਦੇ ਹਾਂ ਉਹ ਜਿਹੜਾ ਫਲੱਡ ਆਇਆ ਉਹਦਾ ਤਾਂ 10% ਜਾਂ 15% ਹੋਏਗਾ ਵੱਧ ਤੋਂ ਵੱਧ। ਜੇ ਅਸੀਂ 15% ਕੈਨਾਲ 'ਚ ਪਾਣੀ ਛੱਡ ਵੀ ਦਈਏ ਐਗਜਿਸਟਿੰਗ ਕੈਨਾਲ ਦੇ ਵਿੱਚ ਅਤੇ 85% ਫਿਰ ਵੀ ਪਾਣੀ ਡਾਊਨ ਸਟ੍ਰੀਮ ਜਾਣਾ ਸੀ, ਉਹਨੇ ਮਾਰਕ ਕਰਨੀ ਸੀਗੀ, ਅਤੇ ਅਸੀਂ ਐਵੇਂ 10 ਜਾਂ 15% ਪਾਣੀ ਉਹਦੇ 'ਚ ਛੱਡ ਕੇ ਅਸੀਂ ਨਹਿਰਾਂ ਤੋੜ ਲਈਏ, ਮੁੜ ਕੇ ਆਪਣਾ ਪੰਜਾਬ ਦਾ ਏਰੀਆ ਡੁਬੋ ਲਈਏ, ਉਹ ਕੌਣ ਸਿਆਣਾ ਕਹੇਗਾ ਸਾਨੂੰ? ਪਾਕਿਸਤਾਨ ਤਾਂ ਡਾਊਨ ਸਟ੍ਰੀਮ 'ਤੇ ਆਉਂਦਾ ਜੀ, ਹਮੇਸ਼ਾ ਜਿਹੜੇ ਬੈਰਾਜ ਜਾਂ ਡੈਮ ਬਣਦੇ ਨੇ ਉਹ ਆਪਣੇ ਡਾਊਨ ਸਟ੍ਰੀਮ ਦੇ ਉੱਤੇ ਫਲੱਡ ਨੂੰ ਮਿਟੀਗੇਟ ਕਰਦੇ ਨੇ, ਅਪ ਸਟ੍ਰੀਮ ਦੇ ਉੱਤੇ ਕਦੀ ਵੀ ਉਹ ਫਲੱਡ ਨੂੰ ਕੰਟਰੋਲ ਨਹੀਂ ਕਰ ਸਕਦੇ। ਜੇ ਉਹਨਾਂ ਨੇ ਪਾਣੀ ਨੂੰ ਅੱਗੇ ਰਿਲੀਜ਼ ਕੀਤਾ ਤਾਂ ਉਹ ਉਹਨਾਂ ਦੀ ਮਜਬੂਰੀ ਸੀਗੀ, ਕਿਉਂਕਿ ਬੈਰਾਜ ਦੇ ਉੱਤੇ ਇੱਕ ਪਰਟੀਕੁਲਰ ਲੈਵਲ ਫਿਕਸ ਹੁੰਦਾ, ਜਦੋਂ ਉਸ ਤੋਂ ਉੱਪਰ ਲੈਵਲ ਪਾਣੀ ਜਾਂਦਾ ਤਾਂ ਜੇ ਉਹ ਨਹੀਂ ਛੱਡਦੇ ਤਾਂ ਉਹਨਾਂ ਦਾ ਬੈਰਾਜ ਜਿਹੜਾ ਹੈ ਰੁੜ ਸਕਦਾ ਹੈ। ਪ੍ਰੀਵੈਂਟ ਤਾਂ ਨਹੀਂ ਸੀ ਕੀਤਾ ਜਾ ਸਕਦਾ, ਫਲੱਡ ਨੂੰ ਮਿਟੀਗੇਟ ਕੀਤਾ ਜਾ ਸਕਦਾ ਸੀ, ਘਟਾਇਆ ਜਾ ਸਕਦਾ ਸੀ ਡੈਮੇਜ ਨੂੰ, ਬਟ ਉਹਦੇ ਲਈ ਜਿਹੜੇ ਸਾਡੇ ਇੰਜੀਨੀਅਰਿੰਗ ਵਰਕ ਨੇ ਉਹ ਸਾਡੇ ਡਿਪਾਰਟਮੈਂਟ ਜਿਹੜੇ ਨੇ ਬੜੇ ਕੰਪੀਟੈਂਟ ਨੇ ਇੰਜੀਨੀਅਰਸ, ਹਮੇਸ਼ਾ ਮੌਨਸੂਨ ਤੋਂ ਪਹਿਲੇ ਉਹਦੇ ਮੇਜਰਸ ਲੈਂਦੇ ਨੇ ਅਤੇ ਉਹਨੂੰ ਕੰਟਰੋਲ ਕਰਦੇ ਨੇ। ਹੁਣ ਪ੍ਰੋਬਲਮ ਇਹ ਆ ਗਈ, ਹੈਬੀਟੇਸ਼ਨ ਬੜੀ ਹੋ ਗਈ ਜੀ, ਇਨਕਰੋਚਮੈਂਟ ਹੋ ਗਈ, ਦਰਿਆਵਾਂ ਦੀ ਵੀ ਹੋ ਗਈ, ਖੱਡਾਂ ਦੀ ਵੀ ਹੋ ਗਈ, ਅਤੇ ਜਦੋਂ ਅਸੀਂ ਇਨਕਰੋਚਮੈਂਟ ਕਰਾਂਗੇ ਤਾਂ ਪਾਣੀ ਨੇ ਜਦੋਂ ਆਉਣਾ ਤਾਂ ਉਹਨੇ ਆਪਣਾ ਰਸਤਾ ਤਾਂ ਉਹਨੇ ਬਣਾਉਣਾ ਹੀ ਹੈ ਜੀ, ਉੱਥੇ ਕਿਤੇ ਨਾ ਕਿਤੇ ਮਾਰ ਕਰਨੀ ਹੈ, ਜਦੋਂ ਪਾਣੀ ਰੁਕਦਾ ਤਾਂ ਸਾਈਡਾਂ 'ਤੇ ਫੈਲਦਾ। ਦੇਖੋ ਜਿਹੜੀ ਇਹ ਬਾਰਿਸ਼ ਹੋਈ ਹੈ ਮੌਨਸੂਨ ਦੇ ਸਟਾਰਟ ਵਿੱਚ ਹੀ ਹੋ ਗਈ, ਹੁਣ ਮੌਨਸੂਨ ਦਾ ਪੀਰੀਅਡ ਅਜੇ ਪੈਂਡਿੰਗ ਹੈ ਇਹਦੇ ਵਿੱਚ, ਕਿਉਂਕਿ ਹੁਣ ਪਾਣੀ ਵੀ ਤਕਰੀਬਨ ਹਰ ਇੱਕ ਰੈਜ਼ਰਵਾਇਰ ਦੇ ਵਿੱਚ ਕਾਫੀ ਰਾਈਜ਼ ਕਰ ਚੁੱਕਿਆ ਅਤੇ ਕਿਤੇ ਨਾ ਕਿਤੇ ਸਾਨੂੰ ਬੜੀ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ, ਅਲਰਟ ਰਹਿਣ ਦੀ ਲੋੜ ਹੈ। ਜਦੋਂ ਵੀ ਸਾਨੂੰ ਡਰਾਈ ਸਪੈਲ ਮਿਲਦਾ
ਤਾਂ ਉਸ ਪੀਰੀਅਡ ਦੇ ਵਿੱਚ ਅਸੀਂ ਪਾਣੀ ਨੂੰ ਆਪਣੇ ਰੈਜ਼ਰਵਾਇਰ ਦੇ ਵਿੱਚ ਡਾਊਨ ਕਰ ਲਈਏ ਅਤੇ ਇਹਨੂੰ ਤਾਂ ਜੋ ਉਹਦੀ ਸਟੋਰੇਜ ਕਪੈਸਿਟੀ ਬਣੀ ਰਹੇ। ਜੇ ਕਿਤੇ ਇਸ ਤਰ੍ਹਾਂ ਦਾ ਸਪੈਲ ਕਿਤੇ ਦੋ ਦਿਨ ਫਿਰ ਕਿਤੇ ਹੋਰ ਆ ਗਿਆ ਤਾਂ ਫਿਰ ਬਹੁਤ ਡੈਮੇਜ ਹੋ ਸਕਦੀ ਹੈ। ਜਿਹੜੀ ਆਪਾਂ ਹੁਣ ਹੋਈ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਹੋਏਗੀ ਅਤੇ ਉਹਦਾ ਬਹੁਤ ਵੱਡਾ ਨੁਕਸਾਨ ਹੋਏਗਾ। ਕਿਤੇ ਨਾ ਕਿਤੇ ਆਪਾਂ ਨੂੰ ਪਾਣੀ ਨੂੰ ਰੈਗੂਲੇਟ ਕਰਕੇ ਇਹਨੂੰ ਕਿਤੇ ਨਾ ਕਿਤੇ ਲੈਵਲਸ ਨੂੰ ਸੇਫ ਲੈਵਲ 'ਤੇ ਲੈ ਆਈਏ ਤਾਂ ਜੋ ਭਵਿੱਖ ਦੇ ਵਿੱਚ ਕੋਈ ਫਲੱਡ ਆਉਂਦਾ ਹੈ ਤਾਂ ਉਹਨੂੰ ਅਸੀਂ ਤਿੰਨੇ ਡੈਮਾਂ 'ਤੇ ਅਬਜ਼ਰਵ ਕਰ ਸਕੀਏ।